ਪੰਜਾਬ 'ਚ ਮਿਲੀਟੈਂਸੀ ਦੇ ਦੌਰ 'ਚ ਪੁਲਿਸ ਵੱਲੋਂ ਤਸ਼ੱਦਦ ਦੀਆਂ ਖਬਰਾਂ ਆਮ ਸਨ, ਪਰ ਇਹ ਕੁਝ ਅੱਜ ਵੀ ਹੋ ਰਿਹਾ ਇਸ ਬਾਰੇ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਹਾਈਕੋਰਟ 'ਚ ਦਾਇਰ ਇੱਕ ਪਟੀਸ਼ਨ ਮੁਤਾਬਕ ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ 22 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਜੱਸਾ ਉੱਤੇ ਗੈਰ ਮਨੁੱਖੀ ਢੰਗ ਨਾਲ ਤਸ਼ੱਦਦ ਕੀਤਾ ਗਿਆ। ਇਹ ਪਟੀਸ਼ਨ ਦਾਇਰ ਕੀਤੀ ਹੈ ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਵਕੀਲ ਨਵਕਿਰਨ ਸਿੰਘ ਨੇ। ਪੁਲਿਸ ਨੇ ਇਸ ਨੌਜਵਾਨ ਨੂੰ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਸ਼ੱਕ 'ਚ ਫੜਿਆ ਸੀ। ਜਸਪ੍ਰੀਤ ਸਿੰਘ ਜੱਸਾ ਦਾ ਕਹਿਣਾ ਹੈ ਕਿ ਉਹ ਸਿੱਖਾਂ ਦੇ ਅਧਿਕਾਰਾਂ ਲਈ ਰਾਇਸ਼ੁਮਾਰੀ ਸੰਬੰਧੀ ਦਸਤਖਤ ਕਰਵਾਉਣ ਦੀ ਮੁਹਿੰਮ ਵਿੱਚ ਸ਼ਾਮਲ ਸੀ। ਅਸਲੀਅਤ ਕੁਝ ਵੀ ਹੋਵੇ, ਮੈਂ ਉਸ 'ਚ ਨਹੀਂ ਪੈਣਾ ਚਾਹੁੰਦਾ, ਪਰ ਗੈਰ ਮਨੁੱਖੀ ਤਸ਼ੱਦਦ ਕਿਉਂ, ਇਹ ਕਿਸ ਕਾਨੂੰਨ ਤਹਿਤ ਕੀਤਾ ਜਾਂਦਾ ਹੈ? ਨਵਕਿਰਨ ਸਿੰਘ ਮੁਤਾਬਕ ਤਸ਼ੱਦਦ ਤੋਂ ਬਾਅਦ ਇਸ ਨੌਜਵਾਨ ਨੂੰ ਬਿਨਾਂ ਇਲਾਜ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ। ਵਕੀਲਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਉਸਦਾ ਇਲਾਜ ਸ਼ੁਰੂ ਹੋਇਆ। ਹਾਈਕੋਰਟ 'ਚ ਇਸ ਸਾਰੇ ਮਾਮਲੇ ਦੀ ਸੈਸ਼ਨ ਜੱਜ ਵੱਲੋਂ ਨਿਆਇਕ ਜਾਂਚ ਦੀ ਮੰਗ ਕੀਤੀ ਗਈ ਹੈ, ਜਿਸ 'ਚ ਡਾਕਟਰਾਂ ਅਤੇ ਮੈਜਿਸਟ੍ਰੇਟ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ 'ਚ ਆਉਂਦੀ ਹੈ। ਹਾਈਕੋਰਟ ਨੇ ਇਸ ਪਟੀਸ਼ਨ ਉੱਪਰ ਨੋਟਿਸ ਜਾਰੀ ਕੀਤਾ ਹੈ। ਦੇਖਦੇ ਹਾਂ ਕਿ ਇਸ ਨੂੰ ਹਾਈਕੋਰਟ ਕਿਸ ਨਜ਼ਰੀਏ ਨਾਲ ਦੇਖਦਾ ਹੈ। ਪਰ ਮੇਰਾ ਸਵਾਲ ਫਿਰ ਉਹੀ ਆ, ਅੱਜ ਕੱਲ੍ਹ ਦੇ ਯੁੱਗ 'ਚ ਪੰਜਾਬ ਪੁਲਿਸ ਇਹੋ ਜਿਹਾ ਤਸ਼ੱਦਦ ਕਿਸ ਕਾਨੂੰਨ ਤਹਿਤ ਕਰਦੀ ਹੈ? ਹੈਰਾਨੀ ਦੀ ਗੱਲ ਇਹ ਹੈ ਕਿ ਸਾਡੀਆਂ ਬਾਕੀ ਸਿਆਸੀ ਪਾਰਟੀਆਂ ਇਸ ਉੱਤੇ ਚੁੱਪ ਕਿਉਂ ਨੇ। ਮੈਨੂੰ ਯਕੀਨ ਹੈ ਕਿ ਉਹਨਾਂ ਨੂੰ ਪਤਾ ਕਿ ਇਹੋ ਜਿਹੇ ਗੰਭੀਰ ਮਸਲੇ 'ਤੇ ਚੁੱਪ ਰਹਿਣ ਦਾ ਮਤਲਬ ਹੈ ਕਿ ਤੁਹਾਡੀ ਇਸ ਵਿੱਚ ਜਾਂ ਤਾਂ ਸ਼ਮੂਲੀਅਤ ਹੈ ਜਾਂ ਤੁਸੀਂ ਇਸ ਨੂੰ ਮਹੱਤਵ ਨਹੀਂ ਦਿੰਦੇ। ਹਾਉ ਸੈਡ। ਸਾਡੇ ਮੁਤਾਬਕ ਰੂਲ ਆਫ ਲਾਅ ਮਸਟ ਪ੍ਰੀਵੇਲ।